ਗਲੀ 'ਚ ਰਸਤਾ ਕੱਢਣ ਦੇ ਲਈ JCB ਦੇ ਨਾਲ ਢਾਹ ਦਿੱਤੀ ਕੰਧ। ਆ ਵੇਖੋ ਕਿਵੇਂ ਹੋਈ ਸ਼ਰੇਆਮ ਗੁੰਡਾਗਰਦੀ। ਤਾਂ ਦੱਸਦੀ ਕਿ ਇੱਕ ਪਿੰਡ ਦੇ ਵਿੱਚ ਗਲੀ 'ਚੋਂ ਰਸਤਾ ਕੱਢਣ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ, ਜਿੱਥੇ ਗਲੀ ਵਾਲਿਆਂ ਨੇ ਕੰਧ ਕੱਢਣ ਨੂੰ ਰੋਕਿਆ, ਪਰ ਕੁਝ ਲੋਕਾਂ ਦੇ ਵੱਲੋਂ ਜ਼ਬਰਦਸਤੀ JCB ਦੀ ਮਸ਼ੀਨ ਦੇ ਨਾਲ ਉਸ ਕੰਧ ਨੂੰ ਢਾਹ ਦਿੱਤਾ। ਤਾਂ ਮੌਕੇ 'ਤੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਤਾਂ ਦੱਸਦੇ ਕਿ ਮਾਮਲਾ ਪਠਾਨਕੋਟ ਦੇ ਪਿੰਡ ਦਾ ਸਾਹਮਣੇ ਆਇਆ, ਜਿੱਥੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਜਵਾਕ ਛੋਟੇ ਨੇ, ਤਾਂ ਉਹਨਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਲਈ ਪੈਸੇ ਇਕੱਠੇ ਕਰਕੇ ਇੱਥੇ ਕੰਧ ਬਣਾਈ ਸੀ। ਤਾਂ ਇਸ ਕੰਧ ਦਾ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ, ਪਰ ਇਸਦੇ ਬਾਵਜੂਦ ਵੀ ਕੁਝ ਲੋਕਾਂ ਦੇ ਵੱਲੋਂ JCB ਮਸ਼ੀਨ ਦੇ ਨਾਲ ਇਸ ਕੰਧ ਨੂੰ ਤੋੜ ਦਿੱਤਾ। ਤਾਂ ਉਹਨਾਂ ਦੱਸਿਆ ਕਿ ਨਹਿਰ ਦੇ ਕੰਢੇ ਇੱਕ ਸਕੂਲ ਖੁੱਲ੍ਹਿਆ, ਜਿਸ ਨੂੰ ਲੈ ਕੇ ਇਹਨਾਂ ਵੱਲੋਂ ਇੱਕ ਜ਼ਬਰਦਸਤੀ ਰਸਤਾ ਕੱਢਿਆ ਜਾ ਰਿਹਾ ਸੀ, ਜਦਕਿ ਅਸੀਂ ਇਸਦਾ ਵਿਰੋਧ ਵੀ ਕੀਤਾ ਸੀ, ਪਰ ਫਿਰ ਵੀ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਇਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਤਾਂ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੀ ਕੰਧ ਨੂੰ ਢਾਹ ਦਿੱਤਾ ਹੈ। ਤਾਂ ਪਿੰਡ ਵਾਲਿਆਂ ਦੇ ਵੱਲੋਂ ਇਹਨਾਂ ਦੇ ਖਿਲਾਫ਼ ਹੁਣ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੱਲ੍ਹ ਦਾ ਜਿਹੜਾ ਵਾਕਿਆ ਸਾਡੇ ਪਿੰਡ ਜਸਵਾਲੀ ਵਿੱਚ ਹੋਇਆ, ਇਹ ਹਰਜਨ ਕਲੋਨੀ ਹੈ, ਸਾਰੇ ਬਹੁਤ ਜ਼ਿਆਦਾ ਗਰੀਬ ਲੋਕ ਆ। ਇਹਨਾਂ ਨੂੰ ਆ ਕੇ ਕੱਲ੍ਹ ਲੋਕਾਂ ਮਾਰਨ ਦੀ ਮਾਰਿਆ ਵੀ ਹੈਗਾ, ਅਤੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸਾਡੀ 22 ਫੁੱਟ ਦੀ ਗਲੀ ਆਉਂਦੀ ਸੀ ਪਿੰਡ ਦੀ, ਜਿਹੜੀ ਉਹਦੇ ਵਿੱਚ ਇਹਨਾਂ ਆ ਕੇ ਧਿੱਕੇ ਸਾਈ ਨਾਲ ਉਹ ਗਲੀ ਜਿਹੜੀ ਦੀਵਾਰ ਕੱਢੀ ਸੀ ਉਹ ਢਾਹ ਦਿੱਤੀ ਹੈ। ਜਿਹੜੀ ਦੀਵਾਰ ਢਾਈ ਹੈ, ਬਲਕਿ ਉਹਦੀ ਮਾਲਕ ਜਿਹਨਾਂ ਢਾਈ ਆ ਉਹਦੀ ਇੱਥੇ ਕੋਈ ਮਾਲਕ ਹੀ ਨਹੀਂ ਪਿੰਡ ਦੇ ਵਿੱਚ, ਕੋਈ ਇੱਧਰੋਂ ਕੋਈ ਰਸਤਾ ਨਹੀਂ, ਕੋਈ ਚੀਜ਼ ਵੀ ਨਹੀਂ ਬਣੀ ਦੀ। ਉਹਦਾ ਕੋਈ 5 ਕਿੱਲੇ ਜਾ ਕੇ ਪਰਲੇ ਬੰਨੇ ਜਾ ਕੇ ਸਕੂਲ ਖੋਲਿਆ ਹੋਣਾ ਨਹਿਰ ਦੇ ਕੰਢੇ, ਉਹਦੇ ਵਿੱਚ ਉਹਨਾਂ ਜਾਣ ਨੂੰ ਰਸਤਾ 22 ਫੁੱਟ ਦੀ ਫਿਰਨੀ ਕੋਟਲੀ ਪਿੰਡ ਤੋਂ ਅਤੇ ਜਸਵਾਲੀ ਪਿੰਡ ਤੋਂ 22 ਫੁੱਟ ਦੀ ਜਿਹੜੀ ਫਿਰਨੀ ਆ ਉਹ ਇਹਦੀ ਪੈਲੀ ਤੱਕ ਇਹਦੇ ਸਕੂਲ ਤੱਕ ਜਾਂਦੀ ਆ। ਇਹ ਜਿਹੜਾ ਹਰਜਨ ਕਲੋਨੀ ਨੂੰ ਇਹਨਾਂ ਪਰੇਸ਼ਾਨ ਕੀਤਾ, ਇਹ ਬਿਨਾਂ ਮਲ ਦੇ ਨਜਾਇਜ਼ ਉੱਥੇ ਕੋਈ 35-40 ਘਰ ਪਿੰਡ ਵਿੱਚ ਵਸਣ ਡੇ ਆ। ਉਹਦੇ ਵਿੱਚ ਛੋਟੇ ਛੋਟੇ ਬੱਚੇ ਵੀ ਆ, ਬਜ਼ੁਰਗ ਵੀ ਹੈਗੇ ਜਿਹੜੇ ਗਲੀ ਵਿੱਚ ਕਿਤੇ ਬੂਟੇ ਸਾਂ ਆ ਕੇ ਬਹਿ ਜਾਂਦੇ ਆ। ਉਹਦੇ ਵਿੱਚ ਹੁਣ ਆ ਕੇ ਕਹਿੰਦੇ ਵੀ ਅਸੀਂ ਤਾਂ ਗੱਡੀਆਂ ਲੰਘਾਉਣੀਆਂ, ਉਹ ਗੱਡੀਆਂ ਲੰਘਾਉਣ ਦੇ ਦਬਕੇ ਮਰ ਗਏ। ਲੋਕਾਂ ਨੇ ਕਿੱਥੇ ਹੋ ਗਏ ਵੀ ਅਸੀਂ ਇਹ ਕੰਮ ਨਹੀਂ ਕਰਨ ਦੇਣਾ। ਇਹਨਾਂ ਕੱਲ੍ਹ ਕਾਫੀ ਜਨਾਨੀਆਂ ਅਤੇ ਕਾਫੀ ਬੰਦੇ ਲਿਆ ਕੇ ਅਤੇ ਇੱਥੇ ਲੁੱਟਮਾਰ ਕੀਤੀ ਆ। ਉਹ ਜਿਹੜੀ ਗਲੀ ਸੀ ਉਹਨੂੰ ਪੁੱਟ ਤੋਂ ਪੁੱਟਦਾ ਜਿਹੜਾ ਇਹਨਾਂ ਦੇ ਅੱਗੇ ਦੀਵਾਰ ਖੜੀ ਕੀਤੀ ਸੀ, ਜਿੰਨੀ ਕੁ ਸਾਡੀ ਮਾਲਕੀ ਪੰਚਾਇਤ ਦੀ ਹੈਗੀ ਸੀ, ਉਹ ਸਾਰੀ ਆ ਕੇ ਇਹਨਾਂ ਢਾਹ ਦਿੱਤੀ ਹੈ। ਅਤੇ ਸਮਾਨ ਇੱਟਾਂ ਬੱਟੇ ਜੋ ਹੈ ਚੌਕੇ ਲੱਗੇ ਅਤੇ ਲੋਕਾਂ ਨੂੰ ਗਾਂ ਮਾਰਨ ਦੀ ਧਮਕੀ ਦੇ ਗਏ ਆ ਵੀ ਜਿਹੜਾ ਸਾਡੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਅਸੀਂ ਪਾ ਕੇ ਗੱਡੀਆਂ 'ਚ ਤੁਹਾਡੀ ਤੁਹਾਡੀ ਬੇਇੱਜ਼ਤੀ ਕਰਾਂਗੇ, ਜੋ ਸਾਡੇ ਕੋਲ ਹੋਏਗਾ ਤੁਹਾਡੀ ਸਾਂ ਦੇ ਬਰਖਿਲਾਫ ਅਸੀਂ ਤੁਹਾਡੀ ਬੇਇੱਜ਼ਤੀ ਕਰਾਂਗੇ। ਜਿੱਦਾਂ ਵੇਖਿਆ ਦੀਵਾਰ ਦੇ ਪਰਲੀ ਸਾਡੇ ਇੱਕ ਫਿਰਨੀ ਹੈਗੀ, ਕਹਿੰਦੇ ਪਹਿਲੀ ਸੀਗੀ ਫਿਰਨੀ ਨਹੀਂ ਸੀਗੀ ਇਹ ਜੀ ਬਣਾਈ ਹੈ। ਇਹ ਦੇਖੋ ਜੀ 300 ਸਾਲ ਪਿੰਡ ਜਸਵਾਲੀ ਨੂੰ ਬਣੇ ਦੇ ਹੋ ਗਿਆ, ਇਹ ਸਾਰੀਆਂ ਮਾਲਕੀਆਂ ਹੀ ਉਦੋਂ ਉਸ ਬੰਨੇ ਜਾਣ ਨੂੰ ਜਿਹੜੀ 22 ਫੁੱਟ ਦੀ ਫਿਰਨੀ ਕੋਟਲੀ ਤੋਂ ਪਿੰਡ ਜਸਵਾਲੀ ਤੋਂ ਆਈ ਆ, ਉਹ ਸਾਰੀਆਂ ਪੈਲੀਆਂ ਨੂੰ ਲੱਗਦੀ ਸੀ। ਉਹਨਾਂ ਜਿਹੜਾ ਹੁਣ ਬੰਦਿਆਂ ਜਿਹਨਾਂ ਕੰਮ ਕੀਤਾ ਜਿਹੜੀ ਉਹਨਾਂ ਪੈਲੀ ਲਈ ਆ, ਉਹਨਾਂ ਨੂੰ ਵੀ 22 ਫੁੱਟ ਫਿਰਨੀ ਦੋਨਾਂ ਪਿੰਡਾਂ ਵਿੱਚੋਂ ਲੰਘ ਕੇ ਜਾਂਦੀ ਆ। ਪਰਲੇ ਬੰਨੇ ਨਹਿਰ ਦੀ ਪਟੜੀ ਆ ਬਹੁਤ ਵੱਡੀ, ਲੋਕ ਉਹਦੇ ਸੈਰ ਸਪਾਟਾ ਕਰਦੇ ਆਉਂਦੇ ਜਾਂਦੇ ਵੀ ਹੈਗੇ ਆ, ਪਰ ਜਿਹੜਾ ਉਹਨਾਂ ਇੱਧਰ ਪੈਰ ਪੁੱਟਿਆ ਇਹ ਬਿਲਕੁਲ ਨਜਾਇਜ਼ ਪੁੱਟਿਆ। ਅਸੀਂ ਮੰਗ ਹੀ ਕਰਨੇ ਜੀ, ਦੇਖੋ ਜੀ ਇੱਕ ਤਾਂ ਮੁੰਡਾ ਮੇਰਾ ਸਰਪੰਚ ਜੀ, ਮੈਂ 15 ਸਾਲ ਪਿੰਡ ਦੀ ਸਰਪੰਚੀ ਕੀਤੀ, ਹੁਣ ਇਸ ਵੇਲੇ ਮੌਕੇ 'ਤੇ ਅਸੀਂ ਚੇਅਰਮੈਨ ਆ ਗਰੋਟਾ ਬਲਾਕ ਦੇ, ਸਾਨੂੰ ਇਹਨਾਂ ਬੰਦਿਆਂ ਨੇ ਇੱਕ ਵਾਰੀ ਵੀ ਆ ਕੇ ਇਹ ਗੱਲ ਦੀ ਨਹੀਂ ਦਿੱਤੀ ਵੀ ਸਾਨੂੰ ਕੋਈ ਰਸਤੇ ਦੀ ਪਰੇਸ਼ਾਨੀ ਆ ਜਾਂ ਅਸੀਂ ਜਗ੍ਹਾ ਮੁੱਲ ਲਈ ਉੱਥੋਂ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਹਾਂ ਵੀ ਇਹਨਾਂ ਜ਼ਬਰਦਸਤੀ ਕੀਤੀ ਆ। ਸਾਨੂੰ ਇਹਦਾ ਬੜਾ ਇਹਨਾਂ ਲੋਕਾਂ ਦਾ ਬੜਾ ਦੁੱਖ ਆਉਣ ਡਿਆ ਵੀ ਇਹ ਗਰੀਬ ਲੋਕਾਂ ਨੂੰ ਜਿਹੜਾ ਜੀ ਕਰੇਗਾ ਉਹ ਜੁੱਤੀਆਂ ਮਾਰ ਜਾਏਗਾ, ਜਿਹੜਾ ਜੀ ਕਰੇਗਾ ਇਹਦੇ ਬੱਚਿਆਂ ਨੂੰ ਆ ਕੇ ਛੇੜਖਾਨੀਆਂ ਕਰੇਗਾ, ਅੱਗੇ ਛੋਟੇ ਛੋਟੇ ਬੱਚੇ ਆ ਉਹ ਗੱਡੀਆਂ ਥੱਲੇ ਦੇ ਕੇ ਮਾਰੇ ਜਾਣਗੇ। ਉਹ ਸਾਨੂੰ ਆਉਣ ਵਾਲੀ ਪੀੜ੍ਹੀ ਬਾਰੇ ਬੜੀ ਦੁੱਖ ਹੋ ਗਿਆ ਇਸ ਗੱਲ ਦਾ ਵੀ ਸਾਡਾ ਇਹਨਾਂ ਗਰੀਬਾਂ ਦਾ ਕਿੱਦਾਂ ਟਾਈਮ ਪਾਸ ਹੋਏਗਾ। ਸਰ ਮਾਮਲਾ ਇਹ ਹੈਗਾ ਜੀ, ਪਹਿਲਾਂ ਸਾਡੇ ਬੱਚਿਆਂ ਨੂੰ ਤੰਗ ਕਰਦਾ ਰਿਹਾ ਵੀ ਮੈਂ ਇੱਥੇ ਰਸਤਾ ਲਿਆਉਣਾ ਜੇ
ਹੁਣ ਸੁੱਕੇ ਪਿੰਡ ਦੇ ਪ੍ਰੂਵ ਸਾਡੇ ਬਜ਼ੁਰਗ ਹੈਗੇ ਨਾ ਜੀ, ਸਾਡੇ ਪਿੰਡ ਦੇ ਸਰਪੰਚ ਵੀ ਹੈਗੇ ਨਾ, ਮੁਖੀ ਹੈਗੇ ਨਾ ਜੀ, ਪਿੰਡ ਦੇ ਮਾਲਕ ਹੈਗੇ ਨਾ, ਉਹਦਾ ਕੀ ਫਰਜ਼ ਬਣਦਾ ਸੀ ਜਦੋਂ ਜਗ੍ਹਾ ਲਈ ਆ ਤੂੰ ਆਪਣੀ ਫਿਰਨੀ ਲਈ ਆ, ਚਾਹੁੰਦੇ ਪਿੰਡ ਦੇ ਮਾਲਕਾਂ ਨਾਲ ਗੱਲ ਕਰਦੇ ਭਾਈ ਮੈਂ ਇੱਧਰੋਂ ਜਗ੍ਹਾ ਲਈ ਆ, ਮੈਂ ਇੱਧਰੋਂ ਜਗ੍ਹਾ ਲੈਣ ਲੱਗਾ, ਰਸਤਾ ਲੈਣ ਲੱਗਾਗਾ, ਬਚਾਏ ਮੈਨੂੰ ਆਪਣੀ ਕਲੋਨੀ ਦੇ ਵਿੱਚ ਰਸਤਾ ਦੇਣਾ ਚਾਹੀਦਾ ਲੰਘਣ ਵਾਸਤੇ। ਫਿਰਨੀ ਸੀਗੀ ਪਹਿਲੇ ਤਾਂ ਦੱਸੋ, ਮਤਲਬ ਪੈਲੀਆਂ ਸੀਗੀਆਂ? ਨਹੀਂ ਸਰ, ਪਹਿਲੀ ਫਿਰ ਉਹੀ ਆਈ ਆ, ਫਿਰ ਜਿਹੜੀ ਸੜਕ ਗਈ ਹੈਗੀ, ਪਿੰਡ ਨੂੰ ਵੀ ਉਹੀ ਗਈ ਆ, ਫਾਰਮ ਨੂੰ ਵੀ ਉਹੀ ਗਈ ਆ। ਦੀਵਾਰ ਨੂੰ ਲੱਗ ਰਹੀ ਹੈ ਫਿਰਨੀ? ਨਹੀਂ ਸੀ, ਇਹ ਨਹੀਂ ਹੈਗੀ ਸਰ, ਮਤਲਬ ਆਪੇ ਬਣਾਈ ਗਈ, ਇਹ ਆਪੇ ਮੁੱਲ ਲਈ ਆਉਣਾ ਜਗ੍ਹਾ ਜੀ, ਕਿਸੇ ਜ਼ਿਮੀਦਾਰ ਕੋਲ ਮੁੱਲ ਲਈ ਆ ਜਗ੍ਹਾ ਉਹਨਾਂ ਨੇ, ਉਹਦਾ ਕੋਈ ਰੋਲ ਨਹੀਂ ਹੈਗਾ। ਫਿਰ ਕੀ ਕੀਤਾ ਉਹਨਾਂ ਨੇ? ਕੱਲ੍ਹ ਉਹਨਾਂ ਨੇ ਕੀਤਾ ਕੀ ਹੈ, ਦੇਖਿਆ ਵੀ ਬਾਰਿਸ਼ ਲੱਗੀ ਤਾਂ ਘਰ ਕੋਈ ਨਹੀਂ ਹੈਗਾ ਜੀ, ਕੋਈ ਇਹਦੇ 'ਚ ਬੰਦਾ ਨਹੀਂ, ਜਨਾਨੀਆਂ 5-7-10 ਜਣੀਆਂ ਹੈਗੀਆਂ ਸੀ ਜੀ। ਉਹਨਾਂ ਨੇ ਆ ਕੇ ਕੀਤਾ ਕਿ ਪਹਿਲਾਂ ਤਹਿਸੀਲਦਾਰ ਸਾਹਿਬ ਆਏ ਨਾ, ਮਤਲਬ ਮੁਲਾਜ਼ਮ ਨਾਲ ਜੇ, ਉਹ 5 ਮਿੰਟ ਪਹਿਲਾਂ ਚੱਕਰ ਮਾਰ ਕੇ ਗਏ ਨਾ, ਇੱਥੋਂ ਜਿਹੜੇ ਵਾਪਸ ਚੱਲ ਗਏ ਨਾ, ਤਾਂ ਉਹਨਾਂ ਨੇ ਕੀਤਾ ਕਿ ਵੀ JCB ਦੇ ਬੰਦੇ ਭੇਜਤੇ ਉਹਨਾਂ ਨਾਲ, ਉਹ 10-12-15-20 ਬੰਦੀ ਜਨਾਨੀਆਂ ਸੀ ਜੇ, ਅਤੇ 20-25-30 ਬੰਦੇ ਹੈਗੇ ਜੇ ਜਿਨ੍ਹਾਂ ਨੇ ਮੂੰਹ ਬਲੇਟ ਦੇਣਾ ਸਾਡੇ ਕੋਲ, ਉਹ ਵੀ ਪ੍ਰੂਫ ਹੈ ਪਿਆ ਹੈਗਾ ਜੇ। ਉਹਨਾਂ ਨੇ ਆ ਕੇ ਇੱਥੇ JCB ਲਾ ਕੇ ਤਾਂ ਪਹਿਲਾਂ ਸਾਡੀ ਜਨਾਨੀਆਂ ਨੂੰ ਮਾਵਾਂ ਭੈਣਾਂ ਦੀਆਂ ਚੰਗੀਆਂ ਪਹਿਲਾਂ ਗਾਲਾਂ ਵਾਲਾਂ ਕੱਢੀਆਂ ਨਾ, ਫਿਰ ਉਹਨਾਂ JCB ਢਾਈ ਨਾ, JCB ਢਾ ਕੇ ਤਾਂ ਮੁਲਵਾ ਸੀਗੇ, ਮੁਲਾਜ਼ਮ ਸੀਗੇ ਜਿਹਨਾਂ ਗਾਲਾਂ ਕੱਢ? ਨਹੀਂ ਸਰ, ਨਹੀਂ ਮੁਲਾਜ਼ਮ ਨਹੀਂ ਹੈਗੇ ਜੇ, ਉਹਨਾਂ ਦੇ ਬਦਮਾਸ਼ ਹੈਗੇ ਜੇ, ਉਹ ਇੱਥੋਂ ਦੇ ਨਹੀਂ ਹੈਗੇ ਜੇ ਉਹ। ਬਾਕੀ ਇਹ ਆ ਵੀ ਸਾਨੂੰ ਹੁਣ ਤੱਕ ਵੀ ਜਾਣ ਪਛਾਣ ਉਹਨਾਂ ਦੀ ਹੈਗੀ ਆ, ਤਿੰਨਾਂ ਬੰਦਿਆਂ ਦੀ ਜੇ। ਜਿਹੜੇ ਮੁਲਾਜ਼ਮ ਆਏ ਸੀਗੇ ਤੁਸੀਂ ਕਹਿ ਰਹੇ, ਕੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ, ਪੁੱਛਿਆ ਕਿਸੇ ਨੇ ਜਾਂ ਸਰਪੰਚ ਨੂੰ ਪੁੱਛਿਆ? ਮੈਂ ਸਰਪੰਚ ਨੂੰ ਵੀ ਨਹੀਂ ਪੁੱਛਿਆ ਹੈਗਾ ਜੀ, ਮੁਲਾਜ਼ਮਾਂ ਨੇ ਇੱਥੇ ਆ ਕੇ ਉਹਨਾਂ ਨੇ ਮਤਲਬ ਦੇਖਿਆ, ਰੋਕ ਢੰਗ ਦੇਖਿਆ ਮੁਲਾਜ਼ਮਾਂ ਨੇ, ਉਹ ਮੁਲਾਜ਼ਮ ਤਹਿਸੀਲਦਾਰ ਨੂੰ ਗੱਡੀ ਪਾਇਆ ਤਾਂ ਲੈ ਗਏ ਨਾ ਜੀ। ਕਹਿ ਸਕਦੇ ਧੱਕਾ ਹੋਇਆ ਤੁਹਾਡੇ ਨਾਲ? ਬਹੁਤ ਜ਼ਿਆਦਾ ਜੀ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹੈਗੇ ਵੀ ਚਲੋ ਸਾਡੀ ਜਿਹੜੀ ਦੀਵਾਰ ਹੈਗੀ ਆ, ਦੀਵਾਰ ਸਾਡੀ ਇੱਦਾਂ ਦੀ ਇੱਦਾਂ ਹੀ ਰਹਿਣੀ ਚਾਹੀਦੀ ਹੈਗੀ ਜੀ। ਹਾਂਜੀ, ਕਿਸੇ ਨੂੰ ਧੱਕਾ ਸ਼ਾਹੀ ਜਾਂ ਗਾਲ ਮਾਲ ਜਾਂ ਕਿਸੇ ਨੂੰ ਮਾਰਨਾ ਕੁੱਟਣਾ ਇਹ ਚੰਗਾ ਕੰਮ ਨਹੀਂ ਹੈਗਾ ਸਰ। ਭਾਅ ਜੀ, ਇਹਨਾਂ ਨਾਲ ਮਤਲਬ ਇਹ ਰਸਤੇ ਦੇ ਉੱਤੋਂ ਸਾਡੇ 'ਤੇ ਗੱਲ ਚੱਲਣ ਡਈ ਆ, ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਸਕੂਲ ਬਣਾਉਣ ਦੇ ਅੰਦਰ ਕੀ ਕਰਨ ਡਿਆ ਕੀ ਨਹੀਂ ਕਰਨ ਡਿਆ, ਲੇਕਿਨ ਸਾਡੀ ਇਹ ਗਲੀ ਆਪਣੀ ਮਤਲਬ ਉਹ ਹੈ, ਪਿੱਛੇ ਸਾਡੇ ਕੋਈ ਇੱਧਰ ਮਤਲਬ ਗਲੀ ਨਹੀਂ, ਕੋਈ ਕੁਛ ਨਹੀਂ, ਮਾਲਕ ਹੀ ਪਹਿਲੀ ਹੀ ਪੈਲੀ ਵਾਲਿਆਂ ਦੀ ਪਹਿਲੀ ਹੀ, ਇਹ ਸਾਨੂੰ ਧੱਕੇ ਨਾਲ ਕਹਿੰਦਾ ਵੀ ਮੈਂ ਇੱਥੋਂ ਰਸਤਾ ਲੈਣਾ ਚਾਹੁੰਦਾ, ਮੈਂ ਇੱਥੋਂ ਗੱਡੀਆਂ ਲੰਘਾਉਣੇ ਚਾਹੁੰਦਾ, ਧਮਕੀਆਂ ਪਹਿਲੇ ਵੀ ਦਿੰਦਾ ਸੀ ਅਤੇ ਹੁਣ ਵੀ ਧਮਕੀਆਂ ਦਿੱਤੀਆਂ। ਇਹਨਾਂ ਨੇ JCP ਲਿਆ ਕੇ ਨਾ ਬਹੁਤ ਹੀ ਜਿਹੜੀ ਦੁਰਘਟਨਾ ਕੀਤੀ ਆ ਨਾ ਇਹਨਾਂ ਨੇ ਕੱਲ੍ਹ, ਇੰਨੀ ਕੁ ਜਿਹੜੀ ਕਹਿ ਨਹੀਂ ਸਕਦੇ ਅਸੀਂ, ਮਾਰ ਕਟਾਈ ਤੋਂ ਕੋਈ ਫਰਕ ਨਹੀਂ ਰੱਖਿਆ ਇਹਨਾਂ ਨੇ JCP ਤੋਂ, ਕਹਿੰਦੇ ਅਸੀਂ ਇਹਦੇ ਨਾਲ ਹੀ ਮੁਕਾ ਦਿੱਤਾ, ਅਤੇ ਇਹਨਾਂ ਨੇ ਇੱਦਾਂ ਕਰਕੇ ਸਾਡੇ ਨਾਲ ਹਮਲਾ ਕਰ ਬਹੁਤ ਜ਼ਿਆਦਾ ਗੱਲ ਕੀਤਾ। ਉੱਥੋਂ ਬਾਰਿਸ਼ ਪੈਣ ਡੇ ਸੀ, ਉੱਥੇ ਘਰ ਬੱਚੇ ਕੰਮਾਂ ਕੁੰਮਾਂ 'ਤੇ ਗਏ ਸੀ, ਸਿਰਫ ਔਰਤਾਂ ਥੋੜ੍ਹੀਆਂ ਜਿਹੀਆਂ ਸੀ ਮੌਕੇ 'ਤੇ, ਇਹਨਾਂ ਨੇ ਮੌਕਾ ਨਹੀਂ ਦਿੱਤਾ ਸਾਨੂੰ ਕਿਸੇ ਨਾਲ ਗੱਲ ਪਹੁੰਚਣ ਦਾ, ਨਾ ਹੀ ਕੁਛ ਗੱਲ ਹੋਈ ਆ ਸਾਡੀ। ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਅਸੀਂ ਰਸਤਾ ਨਹੀਂ ਦੇਣਾ ਇੱਥੋਂ, ਸਾਡੇ ਛੋਟੇ ਛੋਟੇ ਬੱਚੇ ਆ, ਜੇ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਾ, ਅਸੀਂ ਇਸੇ ਚੌਂਕ ਦੇ ਵਿੱਚ ਇਸੇ ਗਲੀ ਦੇ ਵਿੱਚ ਬਹਿ ਕੇ ਨਾ ਪਾਰਟੀ ਫੰਕਸ਼ਨ ਕਰਦੇ ਹਾਂ, ਅਤੇ ਜੇ ਮੌਤ ਦਾ ਵੇਲਾ ਆਉਂਦਾ ਨਾ ਤਾਂ ਉਹ ਵੀ ਅਸੀਂ ਦੁੱਖ ਪ੍ਰਗਟ ਕੇ ਇਸ ਗਲੀ ਦੇ ਵਿੱਚ ਕਰਨੇ ਆ ਸੀ। ਅਸੀਂ ਕਿਤੇ ਨਹੀਂ ਅਸੀਂ ਪੈਲਸ ਕਰਨ ਜੋਗੇ ਨਹੀਂ, ਕਦੇ ਅਸੀਂ ਕੁਛ ਨਹੀਂ ਕਰਨ ਜੋਗੇ, ਕਿਉਂਕਿ ਅਸੀਂ ਤਾਂ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਦੇ ਵਿੱਚ ਹੀ ਸਾਰੇ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਵੀ ਮਤਲਬ ਅਸੀਂ ਇਹ ਰਸਤਾ ਨਹੀਂ ਦੇਣਾ ਚਾਹੁੰਦੇ, ਸਾਡੇ ਛੋਟੇ ਛੋਟੇ ਬੱਚੇ ਆ, ਬਿਲਕੁਲ ਬੱਚੇ ਨਾ, ਐਡੇ ਵੱਡੇ ਘਰ ਹੈਗੇ ਆ ਜਿਹੜੇ ਮਤਲਬ ਅਸੀਂ ਵੀ ਉਹ ਕਰ ਲਈਏ, ਨਾਲ ਗੇਟ ਆ, ਦੇਖ ਲਓ ਤੁਸੀਂ ਵੀ ਦੇਖ ਸਕਦੇ ਹੋ, ਨਾਲ ਗੇਟ ਆ, ਨਾਲ ਹੀ ਗਲੀ, ਨਾਲ ਹੀ ਬੱਚੇ ਆ ਖੇਡਣ ਡੇ, ਅਸੀਂ ਕਿੱਥੇ ਜਾਈਏ ਇੱਥੇ ਖੇਡਣ।